स्ट्रक्चर जो आप समझना है वो बहुत इंपॉर्टेंट है, ठीक है, क्योंकि वो कन्फ्यूजन क्रिएट कर सकता वा दो टास्क के। मैं एक सिंपल स्टेटमेंट लिखता पाया, मैनी पीपल बिलीव दैट टेलीविजन शुड बी बैंड फॉर स्कूल चिल्ड्रन। स्टॉप। डू यू एग्री और डिस एग्री? हुण इह एक ऐसे दी टाइप है, आपां इह नहीं करनी अज, बस डिफरेंस दसण लगा भी ए टाइप जिहड़ी अज करनी है उहदे च की फर्क है। हुण इहदे च की फर्क आ, चलो तुसीं दस्सिओ मैनूं पहलां वी की फर्क आ। ਇਹਨਾਂ ਦੋਵਾਂ ਕੁਐਸਚਨਸ ਦੇ ਵਿੱਚ ਫਰਕ ਕੀ ਆ ਰਿਹਾ, ਕੀ ਡਿਫਰੈਂਸ ਹੈ ਸਰ? ਜਿਹੜਾ ਉੱਪਰ ਵਾਲਾ ਉਹਦੇ ਚ ਆਪਾਂ ਇੱਕੋ ਦੇਣਾ ਜਾਂ ਐਗਰੀ ਹੋਣਾ ਜਾਂ ਡਿਸਐਗਰੀ ਹੋਣਾ, ਜਾਂ ਤਰੇ ਵਾਲਾ ਉੱਤੇ ਆਪਾਂ ਦੋਵੇਂ ਪੁਆਇੰਟ, ਹਾਂਜੀ ਹਾਂ ਕਿ ਹਾਂ ਫੁੱਲ ਕਿਉਂ ਆ ਤੇ ਤੇ ਯੂਸਫੁੱਲ ਕਿਉਂ, ਦੋਵੇਂ ਪੁਆਇੰਟ ਦੇਣੇ। ਬਿਲਕੁਲ ਠੀਕ ਆ। ਇਟ ਮੀਨਸ ਇਹ ਕੁਐਸਚਨ ਫਿਰ ਕਿਹੜਾ ਆ? ਇਹ ਕੁਐਸਚਨ ਟੂ ਵਾਟ ਐਕਸਟੈਂਟ ਐਗਰੀ ਡਿਸਐਗਰੀ ਵਾਲਾ ਨਹੀਂ ਹੈਗਾ, ਇਹ ਕੁਐਸਚਨ ਹੈਗਾ ਆਪਣੇ ਕੋਲ discuss both view wala, haanji both view discuss haanji, both views and give your opinion, opinion ye bhi naal dasna pehna hai, haanji ye bhi dasna pehna hai naal main kide naal agree karda pya, means main apna dhyan do, theek hai, to opinion mera within the question hona chahiye, hun baaki task de vich suppose koi bhi aave bhi newspaper ban hona chahiye, technology ban honi chahiye, ohde vich mera opinion अलग भी जा सकता दोनों तो, ठीक है, बट इथे ओपिनियन मेरा विद इन द क्वेश्चन आऊगा। सपोज हम जितना एक स्टेटमेंट आती है, स्टेटमेंट है मेरे को एक भी, कुछ सोचते भी टैक्स का बचना चाहिए, कुछ सोचते भी टैक्स जो बढ़ाना नहीं चाहिए फास्ट फूड के उपर, अपना ओपीनियन दो ते नाल डिस्कशन करो। हुण इहदे विच मेरा ओपीनियन इन्हां दोवां दे विच भी हो सकता भी इनक्रीज कर देना चाहिए या फिर डिक्रीज कर देना चाहिए, ठीक है, स्टेबल रहना चाहिए। मेरा ओपीनियन इस तों बाद भी आ सकता भी रादर दैन टैक्स लोगों नूं अवेयर करवाना चाहिए फास्ट फूड के नुकसान का। ठीक
ਹੁਣ ਆ ਸਟੇਟਮੈਂਟ ਦੇ ਵਿੱਚ ਕਿਤੇ ਨਹੀਂ ਗਿਵਨ ਜਿਹੜੀ ਸੈਕਿੰਡ ਵਾਲੀ ਓਪੀਨੀਅਨ ਮੇਰਾ ਦੱਸਿਆ ਵਾਲਾ ਠੀਕ ਆ ਇੱਕ ਓਪੀਨੀਅਨ ਹੋ ਗਿਆ ਵੀ ਆਲ ਆ ਇਹਦੇ ਨਾਲ ਐਗਰੀ ਕਰਦਾ ਪਿਆ ਦੂਜਾ ਹੋ ਗਿਆ ਵੀ ਆਲ ਆ ਇਹਦੇ ਨਾਲ ਐਗਰੀ ਕਰਦਾ ਪਿਆ ਹੁਣ ਤੀਜਾ ਓਪੀਨੀਅਨ ਮੇਰਾ ਆ ਦੱਸਿਆ ਹੋਇਆ ਮੈਂ ਇਹ ਦੋਵਾਂ ਦੇ ਵਿੱਚੋਂ ਕਿਤੇ ਵੀ ਨਹੀਂ ਹੈਗਾ ਇਟ ਮੀਨਸ ਮੈਂ ਆਪਣੇ ਕੋਲੋਂ ਵੀ ਓਪੀਨੀਅਨ ਬਣਾ ਸਕਦਾ ਇਹਦੇ ਵਿੱਚ ਬਟ ਜਦੋਂ ਇਦਾਂ ਦਾ ਕੁਐਸਚਨ ਆ ਜਾਊਗਾ ਟੂ ਵਟ ਐਕਸਟੈਂਟ ਡੂ ਯੂ ਐਗਰੀ অর ਡਿਸਐਗਰੀ ਮੈਨੂੰ ਓਪੀਨੀਅਨ ਜਿਹੜਾ ਇਹਦੇ ਵਿੱਚੋਂ ਹੀ ਦੇਣਾ ਦੋਨਾਂ ਦੇ ਵਿੱਚੋਂ ਇੱਕ ਓਪੀਨੀਅਨ ਦੇ ਨਾਲ ਮੈਂ ਐਗਰੀ ਕਰਨਾ ਚਾਹੀਦਾ ਸਮਝ ਲੱਗ ਗਈ ਸਾਰਿਆਂ ਨੂੰ ਸਮਝ ਲੱਗ ਗਈ ਸਾਰਿਆਂ ਨੂੰ ਸਾਰੇ ਇੱਕ ਵਾਰੀ ਦੁਬਾਰਾ ਦੱਸ ਦੋਗੇ ਜਦੋਂ ਇਦਾਂ ਦੀ ਸਟੇਟਮੈਂਟ ਆਵੇ ਬਿਲਕੁਲ ਸਿੰਪਲ ਆ ਜਦੋਂ ਸਿੰਪਲੀ ਡੂ ਯੂ ਐਗਰੀ ਡਿਸਐਗਰੀ ਵਾਲੀ ਆਊਗੀ ਉਦੋਂ ਸਿੰਗਲ ਸਟੇਟਮੈਂਟ ਗਿਵਨ ਹੋਊਗੀ ਆ ਸਿੰਗਲ ਸਟੇਟਮੈਂਟ ਇੱਕੋ ਗਿਵਨ ਹੋਊਗਾ ਉਹ ਚ ਆਪਾਂ ਐਸੇ ਐਗਰੀ ਡਿਸਐਗਰੀ ਵਾਲਾ ਹੀ ਕਰਨਾ ਠੀਕ ਹੈ ਹਾਂਜੀ ਟੂ ਵਿਊਜ਼ ਗਿਵਨ ਹੋਣਗੇ ਵੀ ਕੁਝ ਲੋਕ ਇਹ ਮੰਨਦੇ ਆ ਤੇ ਕੁਝ ਲੋਕ ਹੋਰ ਕੁਝ ਮੰਨਦੇ ਆ ਤੇ ਕੁਐਸਚਨ ਅੱਗੇ ਨਾਲ ਆ ਵਾਲਾ ਗਿਵਨ ਹੋਊਗਾ ਟੂ ਵਟ ਐਕਸਟੈਂਟ ਡੂ ਯੂ ਐਗਰੀ ਇਟ ਮੀਨਸ ਉਹ ਕੁਐਸਚਨ ਹੈ ਜਸਟ ਬੋਥ ਵਿਊਜ਼ ਐਂਡ ਗਿਵ ਯੋਰ ਓਪੀਨੀਅਨ ਹਾਂਜੀ ਠੀਕ ਹੈ ਆਪਾਂ ਦੋਨੋਂ ਵਿਊਜ਼ ਡਿਸਕਸ ਕਰਨੇ ਆ ਇੱਕ ਆ ਵਾਲਾ ਤੇ ਇੱਕ ਆ ਵਾਲਾ ਠੀਕ ਹੈ ਆਪਣਾ ਓਪੀਨੀਅਨ ਦੱਸਣਾ ਕਿਸੇ ਇੱਕ ਦੇ ਨਾਲ ਐਗਰੀ ਕਰਨਾ ਹਾਂਜੀ ਠੀਕ ਹੈ ਹੁਣ ਇਹ ਠੀਕ ਹੈ ਸਰ ਜਿੱਦਾਂ ਆਪਾਂ ਦੋ ਪਿਛਲੇ ਡਿਸਕਸ ਬੋਸ ਵਿਊਜ਼ ਵਾਲੇ ਕਰਦੇ ਹੀ ਉਦਾਂ ਨਹੀਂ ਕਰਨਾ ਇਹਦਾ ਸਟਰਕਚਰ ਅਲੱਗ ਹੈ ਇੰਨਾ ਕੁ ਸਮਝ ਲੱਗ ਗਿਆ ਫਿਰ ਮੈਂ ਅੱਗੇ ਦੱਸਦਾ ਹਾਂਜੀ ਹਾਂਜੀ ਇਹ ਸਮਝ ਲੱਗ ਗਿਆ ਕਿਸੇ ਨੂੰ ਕੋਈ ਡਾਊਟ ਨਹੀਂ ਇਹ ਚ ਦੁਬਾਰਾ ਪੁੱਛ ਸਕਦੇ ਹੋ ਜੇ ਡਾਊਟ ਆ ਕਿਉਂਕਿ ਇਹ ਅਲੱਗ ਹੈ ਸਾਰਿਆਂ ਤੋਂ ਅਲੱਗ ਹੈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਇਹ ਚ ਚਲੋ ਠੀਕ ਆ ਹੁਣ ਇਹਦਾ ਸਟਰਕਚਰ ਕੀ ਆਊਗਾ ਪਹਿਲੀ ਸਟੇਟਮੈਂਟ ਹੈ ਆਲਾ ਟੀਵੀ ਬੈਨ ਠੀਕ ਹੈ ਦੂਜੀ ਆ ਟੀਵੀ ਨੋਟ ਬੈਨ ਯਾਨੀ ਕਿ ਨਹੀਂ ਬੈਨ ਹੋਣਾ ਚਾਹੀਦਾ ਹੁਣ ਇੱਕ ਦੇ ਲਈ ਮੈਂ ਪੋਜ਼ਿਟਿਵ ਚੱਲਣਾ ਤੇ ਇੱਕ ਦੇ ਲਈ ਮੈਂ ਨੈਗੇਟਿਵ ਚੱਲਣਾ ਠੀਕ ਹੈ ਹੁਣ ਪੋਜ਼ਿਟਿਵ ਨੈਗੇਟਿਵ ਕਿਹਦੇ ਲਈ ਚੱਲਣਾ ਜਿਹਦੇ ਨਾਲ ਮੈਂ ਐਗਰੀ ਕਰਦਾ ਜਿਹ ਚ ਮੈਂ ਓਪੀਨੀਅਨ ਦੇਣਾ ਸਪੋਜ਼ ਮੈਂ ਐਗਰੀ ਕਰਦਾ ਵੀ ਟੀਵੀ ਬੈਨ ਹੋਣਾ ਚਾਹੀਦਾ ਸੋਰੀ ਨਹੀਂ ਬੈਨ ਹੋਣਾ ਚਾਹੀਦਾ ਹਾਂਜੀ ਮੈਂ ਸੋਚਦਾ ਵੀ ਟੀਵੀ ਬੈਨ ਹੋਣਾ ਚਾਹੀਦਾ ਐਗਰੀ ਠੀਕ ਹੈ ਐਗਰੀ ਵਾਲੇ ਦੇ ਨਾਲ ਮੈਂ ਪੋਜ਼ਿਟਿਵ ਚੱਲਣਾ ਜੇ ਟੀਵੀ ਨਾ ਬੈਨ ਕਰਾਂਗੇ ਤੇ ਉਹਦਾ ਕੀ ਨੁਕਸਾਨ ਹੋਣਾ ਇਹ ਚੀਜ਼ ਹੁਣ ਜਿਹਦੇ ਨਾਲ ਐਗਰੀ ਕਰਨਾ ਆ ਨਾ ਉਹ ਪੋਜ਼ਿਟਿਵ ਪੁਆਇੰਟ ਦੱਸਾਂਗੇ ਇੱਥੇ ਸ਼ੁੱਡ ਬੀ ਬੈਂਡ ਆ ਇਹ ਚੀਜ਼ ਦੀ ਸਮਝ ਲੱਗੀ ਕਿ ਨਹੀਂ ਯੈਸ ਸਰ ਹੁਣ ਆਪਾਂ ਜਿਹੜੀ ਅੱਜ ਦੀ ਆਪਣੇ ਟਾਸਕ ਦੀ ਸਟੇਟਮੈਂਟ ਆ ਉਹ ਨੋਟ ਡਾਊਨ ਕਰਦੇ ਹਾਂ ਉਹਦੇ ਐਗਜ਼ਾਮਪਲ ਦੇ ਹੱਥ ਨਾਲ ਦੇਖਦੇ ਹਾਂ ਵੀ ਕਿਸ ਤਰੀਕੇ ਨਾਲ ਕਰਨਾ ਆਪਾਂ ਯੂਨੀਵਰਸਿਟੀ ਸਟੂਡੈਂਟਸ ਆਲਵੇਜ਼ ਫੋਕਸ ਔਨ ਵਨ ਸਪੈਸ਼ਲਿਸਟ ਸਬਜੈਕਟ ਜਿਹੜੇ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਸਟੂਡੈਂਟ ਆ ਉਹ ਹਮੇਸ਼ਾ ਇੱਕ ਸਪੈਸ਼ਲਿਸਟ ਸਬਜੈਕਟ ਯਾਨੀ ਕਿ ਕਿਸੇ ਇੱਕ ਖਾਸ ਸਬਜੈਕਟ ਦੇ ਉੱਪਰ ਹੀ ਫੋਕਸ ਕਰਦੇ ਆ ਬਟ ਸਮ ਪੀਪਲ ਥਿੰਕ ਯੂਨੀਵਰਸਿਟੀ ਸ਼ੁੱਡ ਇਨਕਰੇਜ ਦੇਅਰ ਸਟੂਡੈਂਟਸ ਟੂ ਸਟੱਡੀ ਅ ਰੇਂਜ ਆਫ ਸਬਜੈਕਟਸ ਇਨ ਐਡੀਸ਼ਨ ਟੂ ਦੇਅਰ ਓਨ ਸਬਜੈਕਟ ਯਾਨੀ ਕਿ ਕੁਝ ਲੋਕ ਕਹਿੰਦੇ ਆ ਵੀ ਯੂਨੀਵਰਸਿਟੀ ਨੂੰ ਸਟੂਡੈਂਟਸ ਨੂੰ ਮੋਟੀਵੇਟ ਕਰਨਾ ਚਾਹੀਦਾ ਵੀ ਉਹ ਬਹੁਤ ਸਾਰੇ ਸਬਜੈਕਟਸ ਪੜ੍ਹਨ ਆਪਣੇ ਸਬਜੈਕਟ ਦੇ ਨਾਲ ਨਾਲ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ ਤੁਸੀਂ ਕਿਸ ਹੱਥ ਨਾਲ ਐਗਰੀ ਕਰਦੇ ਹੋ ਜਾਂ ਡਿਸਐਗਰੀ ਕਰਦੇ ਹੋ ਯਾਨੀ ਕਿ ਕੁਐਸਚਨ ਦੀ ਟਾਈਪ ਆ ਡਿਸਕਸ ਬੋਥ ਵਿਊਜ਼ ਐਂਡ ਯੋਰ ਓਪੀਨੀਅਨ ਆ ਕੁਐਸਚਨ ਹੈ ਠੀਕ ਆ ਹੁਣ ਇੱਥੇ ਮੈਂ ਦੇਖਦਾ ਸਪੈਸ਼ਲਿਸਟ ਸਬਜੈਕਟ ਓਨਲੀ ਮੈਂ ਕਹਿੰਦਾ ਵੀ ਸਿਰਫ ਉਹਨਾਂ ਨੂੰ ਇੱਕ ਸਪੈਸ਼ਲ ਸਬਜੈਕਟ ਹੀ ਪੜ੍ਹਨਾ ਚਾਹੀਦਾ ਮੋਰ ਸਬਜੈਕਟ ਯਾਨੀ ਕਿ ਉਹਨਾਂ ਨੂੰ ਜ਼ਿਆਦਾ ਸਬਜੈਕਟ ਪੜ੍ਹਨੇ ਚਾਹੀਦੇ ਆ
ठीक है। हुण मेरा ओपीनियन है भी उन्होंने सिर्फ एको सब्जेक्ट पढ़ना चाहिए, ठीक है। मैं अपना ओपीनियन पहला ही डिसाइड कर लेना इस केस दे विच, भी अपना ओपीनियन मैं डिस्क्राइब कर लिया भी सिंगल सब्जेक्ट पढ़ना चाहिए जिहड़ा उन्हां दा अपना सब्जेक्ट है, ठीक है। हुण इहदे मैं की दसूंगा फिर पॉजिटिव फीचर्स, भी जे सिंगल सब्जेक्ट पढ़नगे उन्हां नूं ए फायदा होगा सिंगल सब्जेक्ट दे नाल, आ जिहड़ी उन्हां दी चीज जिहड़ी जल्दी अचीव हो जाऊगी, रिजल्ट्स मिलणगे, इदां दी चीजां। फिर मोर सब्जेक्ट्स पढ़न दे नैगेटिव, कि जे ज्यादा सब्जेक्ट पढ़न गए तो उन्हां नूं की नुकसान हो सकते हैं, ठीक है। यानी कि इहदे नाल मैं एग्री करना आ, उहदे मैं पॉजिटिव पॉइंट्स दसने आ ते दूजे वाले दे नैगेटिव। समझ लग गई? हाँ जी सर, जिदा इहदे च तुसीं दस्सिया कि नैगेटिव दसने, इदां फिर जिदा कोई भी इहदे पैराग्राफ च आपां इह more subject ਦੇ benefit ਨੇ ਨਾ ਦੱਸ ਸਕਦੇ ਕਿ more subject ਆ ਫਾਇਦਾ ਹੁੰਦਾ ਇਹਦੇ ਨਾਲ, ਜ਼ਿਆਦਾ knowledge ਆਉਂਦੀ। ਇੱਕ ਤਾਂ sentence ਆਪਾਂ ਲਿਖ ਸਕਦੇ ਹਾਂ, ਹੁਣ ਇੱਕ ਇੱਕ view ਹੁੰਦਾ ਵਾ, ਇਦਾਂ ਲਿਖ ਸਕਦੇ ਹਾਂ ਜਿੱਦਾਂ ਹੁਣ many people believe that it is beneficial, short spelling ਨਾਲ ਦੇਖਿਓ ਮੈਂ ਜਲਦੀ ਜਲਦੀ ਲਿਖਣਾ, to study more subjects as it provides more knowledge about various subjects which is ethical. ਉਹਦਾ ਪੋਜ਼ਿਟਿਵ ਲਿਖਤਾ ਲੋਕਾਂ ਦੇ ਵਿਊ ਦੇ ਅਕੋਰਡਿੰਗ, ਔਰ ਮੈਂ ਲੋਕਾਂ ਦੇ ਅਕੋਰਡਿੰਗ ਲਿਖਤਾ ਵੀ ਇਹ ਚੀਜ਼ ਹੈ। ਹੁਣ ਇੱਥੇ ਮੈਂ ਲਾਤਾ ਹਾਵਰ, ਇੱਥੇ ਮੈਂ ਆਪਣਾ ਵਿਊ ਆਫ ਪੁਆਇੰਟ, ਠੀਕ ਹੈ। ਹਾਵਰ ਇਟ ਵੇਸਟਸ ਦੇਅਰ ਪ੍ਰੀਸ਼ੀਅਸ ਟਾਈਮ ਬਿਕੋਜ਼ ਇਫ ਅ ਸਟੂਡੈਂਟ ਇਜ਼ ਡੂਇੰਗ ਇੰਜੀਨੀਅਰਿੰਗ ਇਨ ਯੂਨੀਵਰਸਿਟੀ then he will get job in some industry as an engineer, so studying history and other subjects like that is a wasteful approach. For him. ठीक है, ਇਹ ਚੀਜ਼ ਲਿਖਤੀ। ਹੁਣ ਇਹ ਚ ਲਿਖਿਆ ਕੀ ਆ, ਇੱਥੋਂ ਤੱਕ ਕੀ ਲਿਖਿਆ ਮੈਂ, ਲੋਕਾਂ ਦੇ ਵਿਊ ਦੇ ਅਕੋਰਡਿੰਗ ਵੀ ਕੀ ਪੋਜ਼ਿਟਿਵ ਉਹਦਾ ਹੋ ਰਿਹਾ, ਠੀਕ ਹੈ। ਬਟ ਮੈਂ ਇਹਨਾਂ ਡਿਸਐਗਰੀ ਕਰਦਾ ਪਿਆ ਵੀ ਮੈਨੂੰ ਲੱਗਦਾ ਵੀ ਜ਼ਿਆਦਾ ਸਬਜੈਕਟਸ ਨਹੀਂ ਪੜ੍ਹਨੇ ਚਾਹੀਦੇ, ਸੋ ਆਪਣਾ ਵਿਊ ਆਫ ਪੁਆਇੰਟ ਜਿਹੜਾ ਮੈਂ ਜ਼ਿਆਦਾ ਡਿਸਕ੍ਰਾਈਬ ਕਰਨਾ ਵੀ ਮੇਰੇ ਹਿਸਾਬ ਦੇ ਨਾਲ ਕਿੱਦਾਂ ਨੈਗੇਟਿਵ ਹੋ ਗਿਆ। ਸਰ ਜੀ ਤਾਂ ਫਿਰ ਪਿਛਲੇ ਸੀ ਓਪੀਨੀਅਨ ਵਾਲਾ, ਉਹਦੇ ਚ ਓਪੀਨੀਅਨ ਦਿੱਤਾ ਸੀ ਜਾਂ ਇੰਟਰੋ ਚ ਦਿੱਤਾ ਸੀ ਤੇ ਇੱਕ ਜਾ ਕੇ ਕੰਕਲੂਜਨ ਦਿੱਤਾ ਸੀ, ਇਹਦੇ ਚ ਫਿਰ ਇੰਟਰੋ ਚ ਤੇ ਕੰਕਲੂਜਨ ਚ ਕੰਕਲੂਜਨ ਚ ਨਹੀਂ ਦੇਣਾ ਤੇ ਬੋਡੀ ਪੈਰਾਗ੍ਰਾਫ ਦੇ ਦੇਣਾ? ਨਹੀਂ ਦੇਣਾ, ਉਹ ਚ ਵੀ ਦੇਣਾ, ਉਹ ਤੇ ਉਹਨਾਂ ਦੇ ਤਾਂ ਕੰਪਲਸਰੀ ਹੈ ਦੇਣਾ, ਇੰਟਰੋਡਕਸ਼ਨ ਚ ਵੀ ਦੱਸਣਾ ਆ ਤੇ ਆਪਾਂ ਇਹ ਇਹ ਚ ਮੈਂ ਓਪੀਨੀਅਨ ਨਹੀਂ ਦਿੱਤਾ ਆਪਣਾ, ਯਾਨੀ ਕਿ ਮੈਂ ਪੁਆਇੰਟਸ ਇਸ ਤਰੀਕੇ ਨਾਲ ਲਿਖਦਾ ਪਿਆ ਵੀ ਮੇਰਾ ਓਪੀਨੀਅਨ ਕਲੀਅਰ ਹੋ ਰਿਹਾ ਇੱਥੋਂ, ਠੀਕ ਹੈ। ਇਹਦੇ ਵਿੱਚ ਪੁਆਇੰਟਸ ਇਸ ਤਰੀਕੇ ਦੇ ਨਾਲ ਲਿਖਣੇ ਆ, ਪਿਛਲੇ ਆਪਾਂ ਕੀ ਕਰਦੇ ਸੀ ਦੋਨਾਂ ਦੇ ਪੋਜ਼ਿਟਿਵ ਪੋਜ਼ਿਟਿਵ ਲਿਖ ਦਿੰਦੇ ਸੀ, ਇਹਦਾ ਵੀ ਪੋਜ਼ਿਟਿਵ ਇਹਦਾ ਵੀ ਪੋਜ਼ਿਟਿਵ, ਠੀਕ ਹੈ, ਇੱਦਾਂ ਕੀਤੇ ਸੀ। ਬਟ ਇਹਨਾਂ ਦੇ ਵਿੱਚੋਂ ਹੁਣ ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ ਕੀਤਾ ਆ, ਯਾਨੀ ਕਿ ਮੇਰਾ ਪੁਆਇੰਟਸ ਹੀ ਮੈਂ ਇਸ ਤਰੀਕੇ ਦੇ ਲਿਖਦਾ ਪਿਆ ਵੀ ਮੇਰਾ ਵਿਊ ਇੱਥੋਂ ਕਲੀਅਰ ਹੋ ਰਿਹਾ ਵੀ ਮੈਂ ਕਿਹੜੀ ਸਾਈਡ ਦੇ ਨਾਲ ਐਗਰੀ ਕਰਦਾ ਪਿਆ। ਜਿਹਦੇ ਮੈਂ ਪੋਜ਼ਿਟਿਵ ਲਿਖਦਾ ਪਿਆ ਇਟ ਮੀਨਸ ਮੈਂ ਉਹਦੇ ਨਾਲ ਐਗਰੀ ਕਰਦਾ ਪਿਆ, ਜਿਹਦੇ ਨੈਗੇਟਿਵ ਲਿਖਦਾ ਪਿਆ ਇਟ ਮੀਨਸ ਮੈਂ ਉਹਦੇ ਨਾਲ ਡਿਸਐਗਰੀ ਕਰਦਾ ਪਿਆ, ਠੀਕ ਹੈ। ਜਿਹੜਾ ਇੰਟਰੋਜ਼ ਤੇ ਕੰਕਲੂਜਨ ਚ ਜਿਹੜਾ ਆਪਣਾ ਓਪੀਨੀਅਨ ਲਿਖਣਾ ਉਹ ਕੱਲਾ ਐਗਰੀ ਦੇ ਰਿਲੇਟਡ ਹੀ ਲਿਖਣਾ ਜਿੱਦਾਂ, ਜਾਂ ਦੂਸਰਾ ਡਿਸਐਗਰੀ ਵਾਲੇ ਪੁਆਇੰਟ? ਹਾਂਜੀ, ਉਹ ਚ ਸਿੰਪਲੀ ਇਦਾਂ ਲਿਖ ਸਕਦੇ ਆ, ਆਈ ਐਗਰੀ ਵਿਦ ਦਾ, ਹੁਣ ਇਹ ਚ ਮੈਂ ਕਿਹਦੇ ਨਾਲ ਐਗਰੀ ਕੀਤਾ ਗਿਆ, ਸਿੰਗਲ ਸਬਜੈਕਟ ਨਾ, ਆਈ ਐਗਰੀ ਵਿਦ ਦਾ ਫਾਰਮਰ ਵਿਊ
ठीक है, मैं पहले वाले व्यू ना, यानी कि फॉर्मर मतलब पहला व्यू केड़ा सिंगल सब्जेक्ट वाला, ठीक है, और ना एग्री करता मैं सिंपली ये इंट्रोडक्शन ए लाइन लिख सकते हैं, ना लगे जी अपनी आउटलाइन स्टेटमेंट है वो लिखनी है। ਤੁਸੀਂ ਜਿਹੜੇ ਆਪਾਂ ਪਿਛਲੇ ਐਸੇ ਕੀਤੇ ਆ ਡਿਸਕਸ ਬੋਥ ਵਿਊਜ਼ ਐਂਡ ਓਪੀਨੀਅਨ, ਜੇ ਤੁਹਾਨੂੰ ਅੱਜ ਇਹ ਸਮਝ ਲੱਗਦੀ ਆ ਨਾ ਆਹ ਵਾਲੀ ਪੋਜ਼ਿਟਿਵ ਨੈਗੇਟਿਵ ਵਾਲੀ ਜੇ ਸਮਝ ਲੱਗਦੀ ਆ, ਤੁਸੀਂ ਇਹਨੂੰ ਅਪਰੋਚ ਕਰ ਸਕਦੇ ਹੋ ਪਿਛਲੇ ਐਸੇ ਦੇ ਵਿੱਚ ਵੀ, ਕਿਉਂਕਿ ਇਹ ਟਾਰਗੇਟ ਕਰਦੇ ਪਏ ਆ 8.5 ਪੁਆਇੰਟ ਤੋਂ ਉੱਪਰ, ਠੀਕ ਆ। ਇਹਨਾਂ ਦੇ ਵਿੱਚ ਪ੍ਰੋਬਲਮ ਕੀ ਆਉਂਦੀ ਆ ਵੋਕੈਬ ਦੀ, ਕਿਸੇ ਵੇਲੇ ਐਸੇ ਇੱਦਾਂ ਦਾ ਹੁੰਦਾ ਵਾ ਵੀ ਸੇਮ ਟੋਪਿਕ ਦਾ ਪੋਜ਼ਿਟਿਵ ਤੇ ਨੈਗੇਟਿਵ ਉਹਦੇ ਲਗਭਗ ਸੇਮ ਪੁਆਇੰਟ ਹੀ ਹੁੰਦੇ ਆ, ਤੇ ਜਿਹਦੇ ਵਿੱਚ ਫਿਰ ਆਲਮੋਸਟ ਸੇਮ ਵਰਡਸ ਯੂਜ਼ ਹੋ ਰਹੇ ਹੁੰਦੇ ਆ ਤੇ ਉਹ ਕੈਬ ਰੈਪੀਟੇਸ਼ਨ ਹੋ ਜਾਂਦੀ ਆ। ਜਿਹਦੇ ਕਰਕੇ ਆ ਇਹ ਸਾਰਿਆਂ ਨੂੰ ਨਹੀਂ ਕਰਾ ਰਹੇ, ਜੇ ਤੁਹਾਨੂੰ ਇਹ ਸਮਝ ਲੱਗਦੇ ਪਏ ਆ ਤਾਂ ਤੁਸੀਂ ਇਹ ਪਿਛਲੇ ਐਸੇ ਦੇ ਵਿੱਚ ਵੀ ਅਪਰੋਚ ਕਰ ਸਕਦੇ ਹੋ ਇਹਨੂੰ, ਪੋਜ਼ਿਟਿਵ ਤੇ ਨੈਗੇਟਿਵ, ਇੱਕ ਦਾ ਪੋਜ਼ਿਟਿਵ ਤੇ ਇੱਕ ਦਾ ਨੈਗੇਟਿਵ। ਜਾਂ ਤੁਸੀਂ ਇੱਕ ਹੋਰ ਅਪਰੋਚ ਹੈਗੀ ਆ, ਜੇ ਤੁਸੀਂ ਮਤਲਬ 6-6.5 ਬੈਂਡ ਤੱਕ ਪਹੁੰਚ ਜਾਂਦੇ ਹੋ ਵਿਦਿਨ ਮੰਥ, ਦੈਨ ਮੈਂ ਤੁਹਾਨੂੰ ਦੱਸ ਸਕਦਾ ਵਾਂ ਉਹ ਤੁਸੀਂ ਫਿਰ 7-7.5-8 ਨੂੰ ਟਾਰਗੇਟ ਕਰ ਸਕਦੇ, ਠੀਕ ਆ। ਸਟਾਰਟਿੰਗ ਦੇ ਇਸ ਕਰਕੇ ਨਹੀਂ ਕਰਾ ਰਹੇ ਕਿਉਂਕਿ ਇਹ ਕਨਫਿਊਜ਼ਨ ਕ੍ਰੀਏਟ ਕਰ ਦਿੰਦਾ ਬਹੁਤ ਜ਼ਿਆਦਾ, ਬਾਕੀ ਐਸੇਸ ਦੇ ਨਾਲ ਕਨਫਿਊਜ਼ਨ ਹੋ ਜਾਂਦੀ ਹੈ। ਕੁਸ਼ਚਨ ਹੈਗਾ ਹਰਸ਼ੋਰ? ਹਰਸ਼ ਕੁਛ ਪੁੱਛਣਾ? ਔਰ ਇਸ ਅਪਰੋਚ ਨਾਲ ਕਰ ਸਕਦੇ ਹੋ ਜਿਹੜੇ ਤੁਸੀਂ ਪਿਛਲੇ ਐਸੇ ਕਰਨੇ ਨਾ, ਫਿਰ ਪੁਆਇੰਟ 1 ਐਕਸਪਲੇਨ ਕਰਨਾ ਇਸ ਤਰੀਕੇ ਦੇ ਨਾਲ ਵੀ ਤੁਸੀਂ ਇਹਦੇ ਨਾਲ ਕਿਉਂ ਐਗਰੀ ਕਰਦੇ ਪਏ ਹੋ, ਠੀਕ ਹੈ, ਕਿਉਂ ਤੁਹਾਨੂੰ ਲੱਗਦਾ ਤੁਸੀਂ ਓਪੀਨੀਅਨ ਇਹਦੀ ਲੈ ਰਹੇ ਹੋ, ਉਹਦੇ ਐਗਜ਼ਾਮਪਲ। ਪੁਆਇੰਟ 2 ਜਿਹੜਾ ਲੋਕਾਂ ਦੇ ਅਕੋਰਡਿੰਗ ਹੁਣ ਜਿੱਦਾਂ ਪੋਲੀਟੀਸ਼ੀਅਨ ਤੁਸੀਂ ਐਗਰੀ ਕੀਤੇ ਸੀ ਸਾਇੰਟਿਸਟ ਵਾਲੇ ਨਾਲ, ਠੀਕ ਹੈ, ਉਹ ਸਾਇੰਟਿਸਟ ਵਾਲੇ ਦਾ ਦੱਸਤਾ ਮੇਨ ਫੀਚਰ ਕੀ, ਉਹਨੂੰ ਐਕਸਪਲੇਨ ਕਰਤਾ, ਨਾਲ ਹੀ ਦੱਸਤਾ ਵੀ ਐਗਰੀ ਕਿਉਂ ਤੁਸੀਂ ਇਸੇ ਵਿਊ ਕਰਕੇ ਐਗਰੀ ਹੋ, ਉਹਦੇ ਐਗਜ਼ਾਮਪਲ ਦੇ ਉੱਤੇ। ਹੁਣ ਤੁਸੀਂ ਪੋਲੀਟੀਸ਼ੀਅਨ ਤੋਂ ਦੱਸਤਾ, ਲੋਕਾਂ ਦੇ ਅਕੋਰਡਿੰਗ ਦੱਸ ਦੇਣਾ ਵੀ ਪੋਲੀਟੀਸ਼ੀਅਨ ਕਿਉਂ ਸਟਰੋਂਗ ਆ, ਉਹਨੂੰ ਐਕਸਪਲੇਨ ਕਰ ਦੇਣਾ ਸ਼ਾਰਟ ਦੇ ਵਿੱਚ, ਯਾਨੀ ਕਿ ਜ਼ਿਆਦਾ ਵੱਡਾ ਉਹਨੂੰ ਲੈਂਥ ਨਹੀਂ ਰੱਖਣੀ ਉਹਦੀ, ਉਹਦਾ ਮੇਨ ਪੁਆਇੰਟ ਇਹਨੂੰ ਪੋਜ਼ਿਟਿਵ 'ਚ ਦੱਸਣੇ ਆ ਦੋਵੇਂ। ਫਿਰ ਥਰਡ ਸੈਂਟੈਂਸ ਇੱਦਾਂ ਦਾ ਲਿਖ ਦੇਣਾ ਵੀ ਤੁਸੀਂ ਇਹਦੇ ਨਾਲ ਡਿਸਐਗਰੀ ਕਿਉਂ ਕਰਦੇ ਪਏ ਹੋ, ਠੀਕ ਹੈ, ਤੁਹਾਡੇ ਅਕੋਰਡਿੰਗ ਇੱਦਾਂ ਕਿਉਂ ਅਲੱਗ ਆ। ਫਿਰ ਦੈਨ ਫੋਰਥ ਸੈਂਟੈਂਸ ਉਹਦਾ ਐਗਜ਼ਾਮਪਲ ਦਾ, ਕਲੀਅਰ ਹੋਇਆ ਤਾਂ? ਹਾਂਜੀ। ਇਹ ਅਪਰੋਚ ਤੁਸੀਂ ਕਰ ਸਕਦੇ ਹੋ ਉਹਦੇ ਵਿੱਚ ਜੇ ਤੁਹਾਨੂੰ ਸਮਝ ਲੱਗਦੀ ਹੈ। ਇਹਨਾਂ ਨੂੰ ਆ ਜਿਹੜੇ ਹਾਈ ਬੈਂਡ ਸਕੋਰ ਹੈ ਟਾਰਗੇਟ ਕਰਦੇ ਪਏ ਇਹਨੂੰ 8-8.5-9 ਜੇ ਕਰਨਾ ਹੈ ਤੇ ਇੱਦਾਂ ਦੀਆਂ ਅਪਰੋਚਿਸ ਆਪਾਂ ਲੈ ਸਕਦੇ ਹਾਂ, ਠੀਕ ਹੈ। ਬਟ ਇਹਦੇ ਵਿੱਚ ਪ੍ਰੋਬਲਮ ਆਊਗੀ ਪੈਰਾਗ੍ਰਾਫ ਨੂੰ ਮੈਨੇਜ ਕਰਨਾ ਤੇ ਆਪਣਾ ਵਿਊ ਕਲੀਅਰ ਹੋਣਾ ਚਾਹੀਦਾ। ਜੇ ਇਹਨੂੰ ਕਲੀਅਰ ਆ ਸਟੇਟਮੈਂਟ ਪੂਰੀ ਤਰੀਕੇ ਨਾਲ ਤੁਸੀਂ ਲਿਖ ਸਕਦੇ ਹੋ ਫੇਰ ਹੀ ਅਟੈਂਪਟ ਕਰਨਾ ਇਹਨੂੰ। ਇਨ ਕੇਸ ਜੇ ਤੁਸੀਂ ਆਹ ਵੀ ਲਿਖਤਾ ਪੁਆਇੰਟ ਇੱਥੇ, ਆਹ ਵੀ ਲਿਖਤਾ ਪੁਆਇੰਟ, ਤੇ ਆਹ ਦੋ ਪੁਆਇੰਟਸ ਤੁਹਾਡੀ ਐਕਸਪਲੇਨੇਸ਼ਨ ਕਲੀਅਰ ਨਾ ਹੋਏ, ਇਟ ਮੀਨਸ ਤੁਹਾਡਾ ਇੱਥੋਂ ਓਪੀਨੀਅਨ ਕਲੀਅਰ ਨਹੀਂ ਹੋ ਰਿਹਾ। ਸੋ ਉਹ ਟਾਸਕ ਅਚੀਵਮੈਂਟ ਚੋਂ ਫਿਰ ਬੈਂਡ ਕੱਟੇ ਜਾਣਗੇ। ਜੇ ਪੂਰੀ ਤਰੀਕੇ ਨਾਲ ਪ੍ਰੋਪਰ ਲਿਖ ਸਕਦੇ ਹੋ ਤਾਂ ਫੇਰ ਹੀ ਇਹਨੂੰ ਅਟੈਂਪਟ ਕਰਨਾ। ਕਲੀਅਰ ਆ? ਯੈਸ ਸਰ। ਇਹਨਾਂ ਦੇ ਪੁਆਇੰਟਸ ਸਪੈਸ਼ਲੀ ਸਬਜੈਕਟ ਕਿਉਂ ਪੜ੍ਹਨਾ ਚਾਹੀਦਾ, ਜਲਦੀ ਬੋਲ ਦੋ।
become expert in single field and choose career accordingly ਉਹਦੇ according ਜਿਹੜਾ career ਆਪਣਾ choose ਕਰ ਸਕਦੇ ਆ ਠੀਕ ਹੈ ਹੁਣ more subjects ਇਹਦਾ waste time ਯਾਰ ਇਦਾਂ पॉइंट क्लियर आ दो पॉइंट्स हैं उन्हें एक्सप्लेन कितना करना एग्जांपल कितना लिखनी है तो खुद करोगे सारा कुछ कोई डाउट आ किसी ने तो पूछ लो